ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਨੇ ਸਭ ਦੇ? ਅਤੇ ਅੱਜ ਮੈਂ ਹੁਣ ਸੰਦੀਪ ਕੇ ਘਰ ਚੱਲੀ ਹਾਂ, ਕਿਉਂਕਿ ਅਸੀਂ ਅੱਜ ਸੂਟ ਖਰੀਦਣਾ ਵਾ ਵਿਆਹ ਵਾਸਤੇ। ਅਜੇ ਪੂਰੀ ਸ਼ੋਪਿੰਗ ਨਹੀਂ ਹੋਈ ਅਤੇ ਅੱਜ ਫਿਰ ਤੁਹਾਨੂੰ ਲੁਧਿਆਣੇ ਦੀ ਮਾਰਕੀਟ ਦਿਖਾਵਾਂਗੇ। ਅਤੇ ਚਲੋ ਚੱਲਦੇ ਹਾਂ ਫਿਰ, ਮੈਂ ਸੰਦੀਪ ਘਰ ਚੱਲਦੀ, ਮੈਂ ਤਿਆਰ ਤਾਂ ਹੋ ਗਈ, ਹੁਣ ਉੱਧਰ ਜਾ ਕੇ ਗੱਲ ਕਰਦੀ, ਨਾਲੇ ਵੇਖਦੇ ਹਾਂ ਕਿ ਸੰਦੀਪ ਰੈਡੀ ਹੋਈ ਆ ਕਿ ਨਹੀਂ। ਦਾ ਟਾਈਮ ਹੋ ਗਿਆ ਅਤੇ ਮੈਂ ਸੰਦੀਪ ਵੱਲ ਆਈ ਸੀ ਅਤੇ ਅਜੇ ਤਾਂ ਸਾਡੀ ਕੋਈ ਸਲਾਹ ਨਹੀਂ ਆ ਮਤਲਬ ਜਾਣ ਦੀ ਬਾਜ਼ਾਰ, ਕਿਉਂਕਿ ਥੋੜ੍ਹੀ ਜਿਹੀ ਧੁੱਪ ਆ ਬਾਹਰ ਅਤੇ ਧੁੱਪ ਤਿੱਖੀ ਲੱਗਣ ਦੀ ਆ। ਅਤੇ ਮੈਂ ਸੋਚਿਆ ਚੱਲ ਉਹਨਾਂ ਚਿਰ ਵਲੋਗ ਵੇਖ ਲੈਂਦੀ ਹਾਂ ਜਿਨ੍ਹਾਂ ਦੇ ਆਪਾਂ ਵੇਹਨੇ ਵਲੋਗ, ਅਤੇ ਉਹ ਵੇਹਨੇ ਘੜੀ, ਅਤੇ ਫਿਰ ਜਾਵਾਂਗੇ ਬਾਜ਼ਾਰ ਅਤੇ ਨਾਲੇ ਚਾਹ ਪੀਵਾਂਗੇ ਅਤੇ ਫਿਰ ਜਾਵਾਂਗੇ ਬਾਜ਼ਾਰ। ਕਿੱਦਾਂ ਮਾਰਦੀ ਡਬਲ ਅੱਡੀ ਦੱਸੀ ਤੂੰ? ਇਹਦੀ ਡਬਲ ਅੱਡੀ ਵੇਖ ਲਓ, ਚੱਲ ਮਾਰੀ, ਨਹੀਂ ਤੂੰ ਮਾਰ ਕਰ ਕਰ, ਚੱਲ 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 ਮਾਰੀ। ਇਹਨੇ ਆਪਣੇ ਕੋਲੋਂ ਡਬਲ ਅੱਡੀ ਬਣਾਈ ਹੈ। ਹਾਂ ਮਾਰ ਲਈ ਉਹ ਇੱਦਾਂ ਹੀ ਆ ਭਾਜੀ, ਅੱਗੇ ਇੱਦਾਂ ਕਰ ਭਾਜੀ ਨੇ ਆਪੇ ਤੀਜੇ ਦਿਨ ਤੈਨੂੰ CMC ਛੱਡਣ। ਗਾਇਸ ਹੁਣ ਅਸੀਂ ਨਾ ਬਾਜ਼ਾਰ ਚੱਲੇ ਹਾਂ ਅਤੇ ਤੁਸੀਂ ਜਿਹੜਾ ਪਿਛਲਾ ਬਟਾਲੇ ਵਾਲਾ ਜਿਹੜਾ ਵਲੌਗ ਹੈ ਨਾ, ਬਟਾਲੇ ਦੀ ਮਾਰਕੀਟ ਵਾਲਾ ਹੁਸ਼ਨ ਦੀ ਦੁਕਾਨ ਵਾਲਾ, ਅਤੇ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ। ਅਤੇ ਬੜੇ ਜਾਣਿਆਂ ਨੇ ਨਾ ਮੈਨੂੰ ਕਮੈਂਟ 'ਚ ਇਹ ਵੀ ਪੁੱਛਿਆ ਕਿ ਤੁਹਾਡਾ ਪਿੰਡ ਕਿਹੜਾ ਪਿੰਡ ਕਿਹੜਾ, ਪਰ ਮੈਂ ਪਿੰਡ ਨਹੀਂ ਦੱਸ ਸਕਦੀ, ਸਹੀ ਟਾਈਮ ਆਏਗਾ ਨਾ ਉਦੋਂ ਦੱਸਾਂਗੇ। ਅਤੇ ਉੱਦਾਂ ਮੈਂ ਦੱਸ ਦਿੰਦੀ ਹਾਂ ਕਿ ਅਸੀਂ ਕਾਦੀਆਂ ਸ਼ਹਿਰ ਦੇ ਲਾਗੇ ਰਹਿੰਦੇ ਹਾਂ, ਕਾਦੀਆਂ ਸਾਨੂੰ ਸ਼ਹਿਰ ਪੈਂਦਾ ਵਾ, ਅਤੇ ਇਸ ਕਰਕੇ ਮੈਨੂੰ ਪਲੀਜ਼ ਆਹ ਪਿੰਡ ਨਾ ਪੁੱਛਿਓ, ਸਹੀ ਟਾਈਮ ਆਏਗਾ ਆਪੇ ਸਭ ਕੁਝ ਦੱਸਾਂਗੇ ਅਸੀਂ। ਅਤੇ ਉੱਦਾਂ ਮੈਂ ਬਹੁਤ ਖੁਸ਼ ਹਾਂ ਕਿ ਉਸ ਵਲੌਗ ਨੂੰ ਬੜਾ ਪਿਆਰ ਦਿੱਤਾ ਤੁਸੀਂ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਅਸੀਂ ਅੱਜ ਵਾਲੀ ਜਿਹੜੀ ਮਾਰਕੀਟ ਇੱਥੇ ਲੁਧਿਆਣੇ, ਹੁਣ ਅਸੀਂ ਸੂਟ ਖਰੀਦਣ ਚੱਲੇ ਹਾਂ, ਅਤੇ ਚਲੋ ਤੁਹਾਡੇ ਨਾਲ ਅੱਜ ਵੀ ਸ਼ੇਅਰ ਕਰਦੇ ਨਾਲ ਨਾਲ ਵਲੌਗ ਬਣਾਉਂਦੇ ਹਾਂ, ਅਤੇ ਵੇਖ ਲਿਓ ਹੈ ਨਾ ਸੂਟ ਇੱਥੇ ਕਿੱਦਾਂ ਦੇ ਆ। ਹੁੰਦਾ ਕੁੜੀਆਂ ਨੂੰ ਸੂਟਾਂ ਦਾ ਚਾਅ ਹੁੰਦਾ ਵਾ, ਅਤੇ ਸਾਡਾ ਵੀ, ਅਸੀਂ ਉੱਦਾਂ ਵਾਰ ਵਾਰ ਜਾਂਦੀਆਂ ਨਹੀਂ ਆ, ਸਾਡੇ ਵੀ ਘਰ ਵਿਆਹ ਵਾ, ਇਸ ਕਰਕੇ ਸਾਨੂੰ ਜਾਣਾ ਪੈ ਗਿਆ ਵਾ। ਦੁਕਾਨ ਜਿਹੜੀ ਸਾਡੀ ਡਿਸਾਈਡ ਆ, ਉੱਥੇ ਅੰਕਲ ਆ ਤੇ ਉਹ ਵੀ ਇੱਥੇ, ਅਜੇ ਕੁਛ ਕਹਿ ਨਹੀਂ ਸਕੀ, ਇੱਕੋ ਦੁਕਾਨ ਆ, ਅਜੇ ਪਤਾ ਨਹੀਂ ਹੁੰਦਾ, ਆਹੋ ਉਹ ਵੀ ਨਹੀਂ ਪਤਾ, ਤੇ ਬਾਜ਼ਾਰ ਜਾ ਕੇ ਵੇਖਦੇ ਆ ਜੇ ਉਹ ਦੁਕਾਨ ਖੁੱਲੀ ਹੋਊਗੀ, ਤੇ ਇਹ ਵੀ ਹੁੰਦਾ ਨਾ, ਅਤੇ ਉੱਥੇ ਸੂਟ ਵਧੀਆ ਹੈ। ਅਤੇ ਬਾਕੀ ਇਹਨਾਂ ਨੇ ਨਾ, ਮੈਂ ਗੱਲ ਜਿਹੜੀ ਕਹਿਣਾ ਚਾਹੁੰਦੀ ਹਾਂ, ਇਹਨਾਂ ਨੇ ਇਹ ਕਹਿਣਾ ਵਾ ਕਿ ਤੁਸੀਂ ਲੇਟ ਹੋ ਗਈਆਂ ਸ਼ਾਮ ਨੂੰ, ਸਿਮਰ ਨੇ ਅਤੇ ਗੀਤੇ ਭਾਜੀ ਨੇ, ਮੈਂ ਪਹਿਲਾਂ ਕਰਤੀ ਆ, ਮੈਂ ਵੀ ਦੱਸ ਦਿੰਦੀ ਹਾਂ ਕਿ 4 ਵਜੇ ਅਸੀਂ ਤੁਰਨ ਲੱਗੀਆਂ ਘਰੋਂ। ਅੱਜ ਐਤਵਾਰ ਆ ਗਈਆਂ ਅੱਜ, ਅਤੇ ਆਹ ਹਾਲ ਆ ਸੰਡੇ ਦਾ, ਅਤੇ ਆਪਾਂ ਚੱਲੀਆਂ ਹੁਣ ਉੱਧਰਲੇ ਬਾਜ਼ਾਰ, ਭੀੜ ਕਰਕੇ ਸਾਡੇ ਕੋਲ ਗਾਹ ਨਹੀਂ ਪੈ ਗਿਆ। ਕਰੀਮਪੁਰਾ ਬਾਜ਼ਾਰ, ਇਸੇ ਬਾਜ਼ਾਰ 'ਚ ਦੁਕਾਨ ਆ ਇੱਕ, ਹੁਣ ਉੱਥੇ ਲੈਣੀ ਆ। ਉਹ ਦੁਕਾਨ ਅੱਗੇ ਆ, ਆ ਜਾ ਨਾਗ ਵੇਖ ਲੈ, ਇਹਦਾ ਦੁਪੱਟਾ ਦਿਖਾਓ, ਡਿਜ਼ਾਈਨਰ ਆ। ਆ ਕਲਰ ਮੰਗਦੀ ਦੇ, ਹਰ ਪਾਸੇ ਭੀੜ ਹੀ ਆ, ਜਿੱਥੇ ਜਿੱਥੇ ਭੀੜ ਹੈ ਵੇਖ ਕੇ ਵਾਪਸ ਆਉਣਾ ਪੈਂਦਾ ਦੁਕਾਨ ਤੋਂ। ਇੱਥੇ ਕੁੜੀ ਕਹਿ ਕੇ ਗਈ ਆ ਕਿ ਬਹੁਤ ਘੜੀ, ਇਹਦੇ ਬ੍ਰਾਈਡਲ ਲਹਿੰਗੇ ਵੀ ਹੈਗੇ, ਹਰ ਤਰ੍ਹਾਂ ਦੇ ਲਹਿੰਗੇ ਆ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ ਸਭ ਦੇ? ਅਤੇ ਅੱਜ ਆ ਦੂਜਾ ਦਿਨ, ਅਤੇ ਕੱਲ੍ਹ ਅਸੀਂ ਬਾਜ਼ਾਰ ਗਈਆਂ ਹਾਂ, ਕੱਲ੍ਹ ਐਤਵਾਰ ਦਾ ਦਿਨ ਹੀ, ਉਹਦੇ ਕਰਕੇ ਭੀੜ ਬਹੁਤ ਜ਼ਿਆਦਾ ਸੀ। ਐਤਵਾਰ 'ਤੇ ਤੁਸੀਂ ਜੇ ਲੁਧਿਆਣੇ ਦੀ ਮਾਰਕੀਟ 'ਤੇ ਜਾਣਾ ਤਾਂ ਨਾ ਹੀ ਜਾਇਓ, ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਆ। ਅਤੇ ਫਿਰ ਅਸੀਂ ਉੱਧਰ ਚੌੜੇ ਬਾਜ਼ਾਰ ਵੱਲ, ਤਾਂ ਸਾਡੇ ਕੋਲ ਬਿਲਕੁਲ ਹੀ ਨਹੀਂ ਜਾਇਆ ਗਿਆ, ਉੱਧਰੋਂ ਫਿਰ ਅਸੀਂ ਕਰੀਮਪੁਰਾ ਬਾਜ਼ਾਰ ਚੱਲ ਗਈਆਂ, ਅਤੇ ਫਿਰ ਉੱਥੇ ਇੱਕ ਦੋ ਦੁਕਾਨ ਵੇਖੀ ਪਰ ਸਾਨੂੰ ਸੂਟ ਨਹੀਂ ਪਸੰਦ ਆਏ। ਅਤੇ ਹੁਣ ਅਸੀਂ ਚੱਲੀਆਂ ਵਾ ਅੱਜ, ਅਤੇ ਨਾਲੇ ਛੇਤੀ ਆ ਗਈਆਂ ਹਾਂ, ਫਿਰ ਭਾਜੀ ਸਾਨੂੰ ਲੈ ਆਏ ਸੀ, ਛੇਤੀ ਆ ਗਈਆਂ, ਫਿਰ ਮੈਂ ਚੱਲ ਸਵੇਰੇ ਚੱਲ ਜਾਂਗੇ, ਨਾਲੇ ਕੱਲ੍ਹ ਘਰੋਂ 4 ਵਜੇ ਗਈਆਂ। ਹੁਣ ਕਿੰਨਾ ਟਾਈਮ ਹੋ ਗਿਆ ਸੰਦੀਪ? ਹੁਣ 12 ਵਜੇ ਦਾ ਟਾਈਮ ਹੋਣਾ ਕਿ 12:30 ਵਜੇ ਦਾ? ਹੁਣ ਫਿਰ ਅੱਜ ਵੇਲੇ ਸਵੇਰੇ ਚੱਲੀਆਂ ਵਾ ਘਰੋਂ, ਵੀ ਚੱਲੀਏ, ਹਾਂ ਚਲੋ ਚੱਲਦੇ ਹਾਂ ਫਿਰ। ਅਤੇ ਅੱਜ ਵੀ ਸਾਡੀ ਜਿਹੜੀ ਦੁਕਾਨ ਆ ਉਹ ਸਲੈਕਟ ਹੀ ਆ, ਅਤੇ ਉਸ ਦੁਕਾਨ 'ਤੇ ਅਸੀਂ ਕੱਲ੍ਹ ਜਾਣਾ ਸੀ, ਅਤੇ ਭੀੜ ਕਰਕੇ ਸਾਡੇ ਕੋਲ ਜਾ ਨਹੀਂ ਗਿਆ, ਅਤੇ ਚਲੋ ਚੱਲਦੇ ਹਾਂ ਫਿਰ।
ਅਮਨ ਘਰ ਆਏ ਆ, ਇਹਨਾਂ ਘਰ ਅਸੀਂ ਵਿਆਹ ਆਖਣ ਆਏ ਆ ਤੇ ਤਮਨ ਦੀ ਮੰਮੀ ਗਏ ਸੀ ਤਮਨ ਨੂੰ ਲੈਣ ਵਾਸਤੇ ਤੇ ਇੱਧਰ ਆਂਟੀ ਬੈਠੇ ਆ। ਹੁਣ ਤਮਨ ਆਉਣ ਲੱਗੀ ਸਕੂਲੋਂ ਤੇ ਸੰਦੀਪ ਲੁਕੀ ਆ ਕਿਉਂਕਿ ਉਹ ਸੰਦੀਪ ਚਾਚੀ ਕਰਦੀ ਰਹਿੰਦੀ ਹੈ ਨਾ। ਆਈ ਨੀ ਅਜੇ चाची लुकी चाचू गाना लावा डांस करूगी फिर दस कि डांस करूंगी फिर मैं लाऊंगी दसो कि करोगे डांस करके दस फिर मैं ला दू गाना घरों मैं कह मैं चाह बनाइए पी के जाइए तो कहती नहीं पर आ सही है मिठा घाटा ये शुगर वाली दी चाय तो मैं गाना लावा चल डांस कर लेंगे ते शेरा बडोल दी तमना है बड़ा सोना तो लिख बड़ा बढ़िया लाया सिर पे लाया ये आ गया स्कूल लो हेलो करो सारे चाचियां नु टिक दे सस्तिकाल सस्तिकाल बुला सारे तमन दा भरा दांत दे पाल दे चार तमन दा वीरा चल चल लिया ही बाजार आ जाना दे स्कूल आए बीड़ी ए केड़े दे सोनिया सोनिया मिलन ए कितना दे दे अन्ना नु बस काले काले वाला जो बस है ओनु ओनु अंदर विच जलाना है अपने आप ही फूट जाऊ ए दिवाली दिवाली दे पटाके आउण दा पे आ शुरुआत चल चंगा ऑटो लैन लगी है इथों मिलदा ऑटो संगार रोड तो मिल गया हुण हानू मैं पता कि सिस्टर चीज़ा ही आनी है माड़ा या पता लग जाए ना कि किसी की चीज़ चाहते हो रेडीमेड करारे करारे है एक वो आएगा ब्लाउज टाइप एक अपने को आया थी ना जाफे दे नाल पसंद हो गया रला पसंद ही होने मैं अपना पसंद कर लिया इधर आ गया इन्ने सूट ले लिया एक नहीं है ब्लॉग है ना इन्ने सूट ले लिया तो मैनू अजे पसंद नहीं आउंदे बरात वाले दिन वाला अनारकली पाओगे मैम अनारकली पाओगे क्या पीस देख नवे पीस आए ने हले तुहाडे हाथ लवा रहे हैं तुको वधिया तुसी लेके जाओगे साडी भी टाइट होएगी रेंज दे अकॉर्डिंग बहुत प्यारा पीस है 6895 दा पीस है आंदी जोर जट फैब्रिक ही आ रहे हैं डिफरेंट लग रहे हैं इनकी कॉल बहुत अच्छी आंदी है ऊपर जस्ट माड़ा एक पीस अपने फेस से लगा के तो देखो ना लेना बेशक बैक टू वर्क है फ्रंट टू वर्क है बाजू भी सोनी है कलर बहुत प्यारा है ਇਹਦੇ ਨਾਲ ਨਾ ਉਹਦੇ ਚ ਸੂਟ ਸੋਹਣੇ ਲੱਗਣ ਦੇ ਹੀ ਆ ਜਿਹੜੇ ਚੱਲ ਰਹੇ ਆ ਵਾਲੇ फैशन अड्डा करके दुकान ही ते इन्हां कोल ना रेडीमेड सूट भी हैगे ही ते अनस्टिच सूट भी हैगे ही ते संदीप ने एक लै लिया इत्थों सूट ते हुण मेरी वारी है सूट लैण दी इक ना मैं पीस बड़ा सोहणा आया जे इहदे इहदे च नेक्स्ट डिजाइन है स्टाइल सेम बहुत डीसेंट वाला पीस है वर्कमैनशिप बहुत प्यारा लगेगा ਨਾਲ ਦੇ ਬੋਕਸ ਵੀ ਨੀਚੇ ਹਲਕਾ ਜਾ ਦਾ ਸੂਟ ਨਹੀਂ ਮੇਰਾ
ਨਾਲ 4 ਸਾਈਡਡ ਦੁਪੱਟਾ ਇੱਕ ਦੋ ਡਿਜ਼ਾਈਨ ਹੋਰ ਮਿਲ ਜਾਣਗੇ ਕੈਰ ਡਿਜ਼ਾਈਨ ਆਏ ਕਲਰ ਹੀ ਬਹੁਤ ਪਿਆਰਾ ਕਲਰ ਬੜਾ ਪਿਆਰਾ ਰੈਗੂਲਰ ਤੋਂ ਡਿਫਰੈਂਟ ਜਿਹਾ ਕਲਰ ਕਲਰ ਬਹੁਤ ਸੋਹਣਾ ਹੈ ਬਹੁਤ ਡੀਸੈਂਟ ਪੀਸ ਇੱਥੇ ਮੂੰਹ ਤੇ ਮਾਰਦੇ ਪਰ ਆ ਲਾ ਕੇ ਵੇਖ ਆ ਰਹੀ ਤੂੰ ਹੈ ਲਾ ਕੇ ਵੇਖ ਕਲਰ ਬੜਾ ਪਿਆਰਾ ਹੈ ਇਹ ਵਾਲਾ ਕਲਰ ਬਹੁਤ ਡੀਸੈਂਟ ਹੈ ਰਾਇਲ ਕਲਰ ਹੈ ਮੇਰਾ ਇਹਦੇ ਤੇ ਹੱਥ ਪਾਇਆ ਸਾਹਮਣੇ ਦੇਖੋ ਨਾ ਮੈਂ ਬਹੁਤ ਵੱਡਾ ਲੱਗਦਾ ਉਹ ਸਾਰਾ ਪਹਿਲਾਂ ਲਗਾਉਂਦਾ ਰੋ ਪੀਸ ਤਾਂ ਲਾਉਂਦਾ ਜਿਹੜਾ ਮਰਜ਼ੀ ਦੇਖ ਲੈ ਚਾਰ ਚੀਜ਼ਾਂ ਕਿਤੇ ਹੈ ਇਹ ਕਲਰ ਸੋਹਣਾ ਹੈ ਕਲਰ ਸੋਹਣਾ ਹੈ ਬਹੁਤ ਪਿਆਰਾ ਲੱਗਦਾ ਮੈਮ ਕਲਰ ਹੀ ਬਿਲਕੁਲ ਡਿਫਰੈਂਟ ਹੈ ਮੈਮ ਇਹ ਵਾਲਾ ਡਿਫਰੈਂਟ ਕਲਰ ਕਰਕੇ ਹੀ ਸਾਡੇ ਕੋਲ ਇਹ ਚੀਜ਼ਾਂ ਬਹੁਤ ਸੇਲ ਹੋ ਰਹੀਆਂ ਲਿਆ ਹੈ ਫੈਸ਼ਨ ਅੱਡਾ ਇੱਥੋਂ ਇੱਕ ਸੂਟ ਲੈ ਲਿਆ ਹੈ ਚੱਲੀਏ ਦੇਖਣ ਲੱਗੀ ਹੁਣ ਇੱਥੋਂ ਬੰਦ ਜੁੱਤੀਆਂ ਵੀ ਬੜੀਆਂ ਸੋਹਣੀਆਂ ਇੱਥੇ ਹੈ ਨਾ ਪਰ ਪੈਕ ਹੋ ਜਾਂਦੇ ਜੇ ਉਹ ਉਹਦੇ ਤੋਂ ਇਲਾਵਾ ਵਾ ਕੁਛ ਵੇਖ ਲਾ ਮੈਨੂੰ ਤਾਂ ਕਿਤੇ ਕੋਈ ਸਹੀ ਲੱਗੀ ਨਹੀਂ ਤੇ ਇਹਨੂੰ ਪਸੰਦ ਆ ਗਈ ਇਹ ਮੈਂ ਡੇਲੀ ਵੇਅਰ ਵਾਸਤੇ ਇਦਾਂ ਹੀ ਮੈਂ ਕਿੰਨੀ ਕੰਫਰਟੇਬਲ ਜੀ ਹੋਵੇ ਜੁੱਤੀ ਪਿੱਛੋਂ ਬੈਕ ਸਾਈਡ ਤੋਂ ਇਦਾਂ ਇੱਕੋ ਇਕਵਲ ਜੀ ਹੋਵੇ ਮੈਨੂੰ ਵੈਸੇ ਤਾਂ ਕਿੰਦਾ ਹੈ ਕਿ ਮੇਰਾ ਇੱਕਦਮ ਉਧਰ ਧਿਆਨ ਪਿਆ ਮੈਂ ਚੱਲ ਵੇਖ ਲੈਂ ਮੇਰਾ ਪਾਉਣ ਲੱਗਿਆ ਇੱਧਰ ਉੱਧਰ ਕਿੰਦੇ ਨਾ ਜੁੱਤੀ ਬੜੀ ਪਿਆਰੀ ਲੱਗੀ ਯਾਰ ਦੇਖਣ ਨੂੰ ਇਹ ਵੀ ਲੜਾਈ ਮੈਂ ਪਾਉਂ ਲਿਆ ਕਰੂੰ ਕਿੰਦਾ ਹੈ ਬਹੁਤ ਕੰਫਰਟੇਬਲ ਹੈ ਜੀ ਇਹ ਪੈਕ ਕਰ ਦੇ ਸਹੀ ਹੈ ਕਰ ਦੋ ਪੈਕ ਗੁਰੂ ਕਿਰਪਾ ਵਾਲਾ ਇਹਨਾਂ ਕੋਲੋਂ ਮੈਂ ਸੂਟ ਲੈ ਲਿਆ ਫਾਈਨਲ ਬਰਾਤ ਵਾਲੇ ਦਿਨ ਦਾ ਮੈਂ ਸੂਟ ਮੈਂ ਦਿਖਾਉਣਾ ਨਹੀਂ ਅਜੇ ਬਾਅਦ ਚ ਦਿਖਾਉਂਗੀ ਇਹ ਲੈ ਲਿਆ ਇਹਨਾਂ ਕੋਲ ਕੋਈ ਲੈ ਜੇ ਬੰਦ ਖਾਣ ਲੱਗੀਆਂ ਹੁਣ ਅਸੀਂ ਭੁੱਖ ਲੱਗ ਗਈ ਸੰਦੀਪ ਉੱਥੋਂ ਤੇ ਤੁਰਿਆ ਹੀ ਨਹੀਂ ਜਾਣ ਡਿਆ ਕੁਛ ਸਮਝ ਨਹੀਂ ਲੱਗਣ ਦੀ ਲਈਏ ਕਿ ਨਹੀਂ ਪਰਸ ਨਹੀਂ ਵੇਖਣ ਨੂੰ ਦਿਲ ਕਰਨ ਡਿਆ ਤਾਂ ਭਾਜੀ ਅਸੀਂ ਤੇ ਅੱਜ ਭੱਜ ਸਿਮਰ ਆ ਗਏ ਲੈਣ ਆਹੋ ਆਪਾਂ ਤੇ ਬੰਦ ਖਾ ਲਿਆ ਹੁਣ ਨਾ ਸੰਦੀਪ ਨਹੀਂ ਲਈ ਨਹੀਂ ਲਈ ਅਜੇ ਅੱਜ ਦਿਨ ਸ਼ਗਨਾਂ ਦਾ ਚੜਿਆ ਹੋਰ ਕੁਛ ਲਿਖਿਆ ਚਲੋ ਚਾਰ ਖਾਣੀ ਹੈ ਮੈਂ
ਕਿਦਾਂ ਬਣਾਵਾਂ ਵੀਡੀਓ ਚ ਨਾ ਜਦ ਦਿਖੇ ਦਿਖਣ ਦੀ ਸਹੀ ਆ ਚਲ ਲੈਣਾ ਸੂਟ ਚੋ ਅੱਜ ਦਾ ਵਲੋਗ ਇੱਥੋਂ ਤੱਕ, ਮਿਲਦੇ ਹਾਂ ਤੁਹਾਨੂੰ ਨਵੇਂ ਵਲੋਗ ਦੇ ਨਾਲ। ਤਦ ਤੱਕ ਲਈ ਬਾਏ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।